अज देर शाम पुलिस ने पैसों के लेन देन लैके अगवा किया व्यक्ति GSM इंडस्ट्री विचों बरामद कर लिया है। पुलिस ने मौके पर दो अगवाकारा भी काबू करके अगली कार्रवाई शुरू कर दी है। पुलिस शैलर मालक की भाल कर रही है। यह जानकारी DSP आकाशदीप सिंह ओलख ने दी है। राजपुरा तो पत्रकार तरुण शर्मा की खास रिपोर्ट। ਸਾਨੂੰ ਕੰਟਰੋਲ ਰੂਮ ਤੋਂ ਤਕਰੀਬਨ ਘੰਟਾ ਪਹਿਲਾਂ ਕਾਲ ਆਈ ਸੀਗੀ ਵੀ 4 ਵਜੇ ਦੇ ਅਰਾਊਂਡ ਇੱਕ ਸਰਮਪ੍ਰੀਤ ਨਾਂ ਦਾ ਲੜਕਾ ਜਿਹੜਾ ਹੈ ਉਹ ਕਿਡਨੈਪ ਕੀਤਾ ਗਿਆ ਹੈ ਇੱਥੋਂ ਅਤੇ ਉਹਦੇ ਲਿਬਰਟੀ ਚੌਂਕ ਕੋਲ ਉਹਦਾ ਘਰ ਸੀਗਾ ਵੀ ਉੱਥੋਂ ਉਹਨੂੰ ਕੋਈ ਬੰਦੇ ਜਿਹੜੇ ਨੇ ਲੈ ਕੇ ਗਏ ਨੇ ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਇਹਦਾ ਫੋਨ ਨੰਬਰ ਵੀ ਉਹਨਾਂ ਤੋਂ ਲਿਆ ਇਹਦੀ ਵਾਈਫ ਦੀ ਕਾਲ ਆਈ ਸੀ ਰਸ਼ਮੀ ਉਹਦਾ ਨਾਂ ਹੈਗਾ ਅਤੇ ਨੰਬਰ ਲਿਆ ਤਾਂ ਅਸੀਂ ਨੰਬਰ ਲਿਆ ਅਤੇ ਉਹਦਾ ਕਾਲ ਕੀਤਾ ਅਤੇ ਜਦੋਂ ਪਹਿਲਾਂ ਕਾਲ ਕੀਤਾ 1-2-3 ਕਾਲਸ ਕੀਤੀਆਂ ਫੋਨ ਔਨ ਸੀਗਾ ਪਰ ਅਨਆਨਸਰਡ ਕਾਲਸ ਜਾ ਰਹੀਆਂ ਸੀ ਅਤੇ ਫਿਰ ਕੁਦਰਤੀ SHO ਸਿਟੀ ਬਲਵਿੰਦਰ ਸਿੰਘ ਜਿਹੜੇ ਹੈਗੇ ਨੇ ਦੁਬਾਰਾ ਉਹਨੂੰ ਕਾਲ ਟਰਾਈ ਕੀਤਾ ਅਤੇ ਉਹ ਕਾਲ ਜਿਹੜੀ ਉਹ ਲੱਗ ਗਈ ਅਤੇ ਫਿਰ ਇਹਨੇ ਉਹ ਮਤਲਬ ਇੰਨੀ ਛੋਟੀ ਜਿਹੀ ਹੀ ਇਹਨੇ ਗੱਲ ਕੀਤੀ ਵੀ ਇੱਥੇ ਇਹ ਇੱਕ ਫੈਕਟਰੀ ਹੈਗੀ ਹੈ ਆਪਣੇ ਹੋਲੀ ਐਂਜਲ ਸਕੂਲ ਦੇ ਕੋਲ ਅਤੇ ਵੀ ਉੱਥੇ ਇਹ ਹੈਗਾ ਅਤੇ ਅਸੀਂ ਇਮੀਡੀਏਟਲੀ ਪੂਰੀ ਟੀਮ ਦੇ ਨਾਲ ਇੱਥੇ ਆ ਕੇ ਦੇਖਿਆ ਅਤੇ ਜਿਹੜਾ ਉੱਥੇ ਸਰਮਪ੍ਰੀਤ ਜਿਹੜਾ ਸੀਗਾ ਉੱਥੇ ਹਾਜ਼ਰ ਹੋਇਆ ਸਾਨੂੰ ਅਤੇ ਹੁਣ ਅਸੀਂ ਮਤਲਬ ਇਹਨੂੰ ਪੜ੍ਹ ਕੇ ਜਿਹੜੇ ਨੇ ਉਹ ਪਾਰਟੀ ਉੱਥੇ ਲੈ ਕੇ ਗਈਆਂ ਬਾਕੀ ਅਗਲੀ ਜਿਹੜੀ ਹੈ ਸਰ ਸ਼ੁਰੂਆਤੀ ਜਾਂਚ ਕੀ ਲੱਗਿਆ ਪਤਾ ਕਿਉਂ ਕਿਡਨੈਪ ਕੀਤਾ ਹੋਇਆ ਇਹਨਾਂ ਦਾ ਸ਼ਾਇਦ ਆਪਸ ਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਸੀਗਾ ਕਿਹਦੇ ਨਾਲ ਸਰ ਕਿਹਦੇ ਨਾਲ ਸਰ ਸਰਮਪ੍ਰੀਤ ਦਾ ਇਹਨਾਂ ਦੇ ਜਿਹੜੇ ਬੰਦੇ ਇੱਥੇ ਸੀਗੇ ਮੋਟੀ ਪਿੰਡ ਦੇ ਸੀਗੇ ਉਹ ਅਤੇ ਉਹਨਾਂ ਦੇ ਨਾਲ ਇੱਕ ਧਮੋਲੀ ਦਾ ਸੀਗਾ ਇੱਕ ਸ਼ਾਇਦ ਰਾਜਪੁਰੇ ਦਾ ਨਹੀਂ ਵਰਕਰ ਦਾ ਸੀ ਮਾਲਕ ਦਾ ਸੀਗਾ ਇਹ ਹਾਲੇ ਸਾਰਾ ਮਤਲਬ ਇਨਵੈਸਟੀਗੇਸ਼ਨ ਦਾ ਇਸ਼ੂ ਹੈ ਜੀ ਉੱਥੇ ਜਾਵਾਂਗੇ ਡਿਟੇਲ ਜਿਹੜੀਆਂ ਸਾਨੂੰ ਫਿਰ ਪਤਾ ਲੱਗਣਗੇ ਫਿਲਹਾਲ ਤਾਂ ਅਸੀਂ ਸਿਰਫ ਇਹ ਮੁੰਡਾ ਜਿਹੜਾ ਸਹੀ ਸਲਾਮਤ ਠੀਕ ਠਾਕ ਆਪਾਂ ਨੂੰ ਮਿਲ ਗਿਆ ਅਤੇ ਜਿਹੜੇ ਦੋ ਬੰਦੇ ਇਹਨੂੰ ਨਾਲ ਇੱਥੇ ਲੈ ਕੇ ਬੈਠੇ ਸੀਗੇ ਉਹ ਵੀ ਮਿਲ ਗਏ ਉਹਨਾਂ ਨੂੰ ਲੈ ਕੇ ਹੁਣ ਅਸੀਂ ਗੱਡੀ ਜਿਹੜੀ ਪਹੁੰਚੀ ਇਹਨਾਂ ਕੋਈ ਪੈਸੇ ਦੀ ਮੰਗ ਕੀਤੀ ਸੀਗੀ ਪੈਸੇ ਦੀ ਮੰਗ ਨਹੀਂ ਸੀ ਪੈਸੇ ਦਾ ਕੋਈ ਲੈਣ ਦੇਣ ਸੀ ਇਹਨਾਂ ਦਾ ਆਪਸ ਦੇ ਵਿੱਚ ਅਤੇ ਉਹ ਇਹ ਤਾਂ ਹੁਣ ਇੱਥੇ ਜ਼ਬਰਦਸਤੀ ਆ ਕੇ ਸ਼ਾਇਦ ਇਹਦੀ ਕਾਰ ਵਗੈਰਾ ਜਾਂ ਕੁਝ ਹੋਰ ਇਹਦੇ ਆਪਦੇ ਨਾਂ 'ਤੇ ਅਤੇ ਇਦਾਂ ਦਾ ਕੁਝ ਮਤਲਬ ਉਹ ਲਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ 4 ਵਜੇ ਤੋਂ ਉਹ ਇੱਥੇ ਸੀਗਾ ਅਤੇ ਉਹ ਹੁਣ ਅੱਗੇ ਕਿੰਨੇ ਜਾਣੇ ਸੀ ਇਹਦੇ ਵਿੱਚ ਕਿਹਦੇ ਨਾਲ ਇਹਦਾ ਐਕਚੁਅਲ ਲੈਣ ਦੇਣ ਸੀਗਾ ਕਿੰਨੇ ਪੈਸੇ ਦਾ ਲੈਣ ਦੇਣ ਸੀ ਉਹ ਸਾਰਾ ਕੁਝ ਜਾ ਕੇ ਜਿਹੜਾ ਅਸੀਂ ਵਾਪਸ ਸਰ ਮੁੱਦੇ ਹੀ ਕੀ ਕਾਰੋਬਾਰ ਨਾਲ ਸੰਬੰਧੀ ਹੈ ਜੀ ਸੌਰੀ ਜਿਹੜਾ ਸਰ ਕੀ ਕਾਰੋਬਾਰ ਸੰਬੰਧੀ ਹੈ ਜਿਹੜਾ ਪਕੜਿਆ ਗਿਆ ਜਿਹੜਾ ਮੁੰਡਾ ਹੈਗਾ ਜਿਹੜਾ ਬਰਾਮਦ ਕੀਤਾ ਇਹ ਮੇਰੇ ਖਿਆਲ ਦੁਕਾਨ ਕੁਝ ਕੁਛ ਪਤਾ ਲੱਗਿਆ ਕਰਦਾ ਜਿਹੜਾ ਦੁਕਾਨ ਕਰਦਾ ਹਾਂਜੀ ਕੱਪੜੇ ਦੀ ਦੁਕਾਨ ਹੈਗੀ ਕਿਹੜੀ ਮਾਰਕੀਟ 'ਚ ਕੰਮ ਹੈ ਸਪਲਾਈ ਦਾ ਕੰਮ ਡੀਪੀ ਸਰ ਇਹ ਕੀ ਕਾਰਨ ਹੈ ਵੀ ਇੰਨੇ ਹੌਸਲੇ ਇਹਨਾਂ ਲੋਕਾਂ ਦੇ ਬੁਲੰਦ ਨੇ ਵੀ ਇਹ ਚੁੱਕ ਕੇ ਲੈ ਜਾਂਦੇ ਆ ਅਤੇ ਇਹਦਾ ਕਾਰਨ ਕੀ ਹੈ ਵੀ ਕੀ ਦਿਮਾਗ 'ਚ ਇਹਨਾਂ ਦੇ ਚੱਲਦਾ ਜੀ ਜਿੰਨੇ ਮੋਸਟਲੀ ਇਹ ਕੇਸਿਸ ਨੇ ਹੁਣ ਜਿਵੇਂ ਆਪਾਂ ਇਹਦੇ ਵੱਲ ਵੀ ਇਹਦੇ ਨਾਲ ਗੱਲਬਾਤ ਜਿੰਨੀ ਕੁ ਵੀ ਕੀਤੀ ਹੈਗੀ ਆ ਥੋੜ੍ਹੇ ਸਮੇਂ ਦੇ ਵਿੱਚ ਇਹ ਬਹੁਤ ਹੀ ਸ਼ਰੀਫ ਮਤਲਬ ਕਿਸਮ ਦਾ ਮਤਲਬ ਉਸਦਾ ਬੰਦਾ ਉਹਨਾਂ ਨੂੰ ਸ਼ਾਇਦ ਇਹ ਹੋਣਾ ਵੀ ਇਹਨੇ ਕਿਸੇ ਨੂੰ ਰਿਪੋਰਟ ਨਹੀਂ ਕਰਨਾ ਜਾਂ ਕਿਸੇ ਨੂੰ ਦੱਸਣਾ ਨਹੀਂ ਗਾ ਉਹ ਸ਼ਾਇਦ ਇਸ ਹੌਸਲੇ ਦੇ ਵਿੱਚ ਫਿਰ ਸਰ ਜੀ ਫੈਕਟਰੀ 'ਚ ਕਿੱਦਾਂ ਵੜ ਗਏ ਆ ਕੇ ਬੰਦੇ ਜਿਹੜੇ ਉਹ ਹੁਣ ਇਹ ਸਾਰਾ ਦੇਖਦੇ ਹਾਂ ਜੀ ਵੀ ਇਹ ਫੈਕਟਰੀ ਦੇ ਨਾਲ ਇਹਨਾਂ ਦਾ ਕੀ ਸੰਬੰਧ ਹੈਗਾ ਇੱਥੇ ਕਿਉਂ ਆਏ ਨੇ ਇਹ ਇਸੇ ਫੈਕਟਰੀ 'ਚ ਕਿਉਂ ਲੈ ਕੇ ਆਏ ਨੇ ਉਹ ਸਾਰਾ ਇਹਦਾ ਕੀ ਇਹਦਾ ਲਿੰਕਅਪ ਹੈ ਸਰ ਕਿਸ ਚੀਜ਼ ਦੀ ਫੈਕਟਰੀ ਹੈ ਕਿਹਦੀ ਫੈਕਟਰੀ ਹੈ ਸਰ ਇਹ ਮੇਰੇ ਖਿਆਲ ਕੋਈ ਮਕੈਨੀਕਲ ਸਮਾਨ ਜਿਹੜਾ ਹੈਗਾ ਇਸ ਹਿਸਾਬ ਦਾ ਸਿੱਟਾ ਕੀ ਨਿਕਲੂਗਾ ਵੀ ਹਰ ਵਾਰੀ ਇਸ ਤਰ੍ਹਾਂ ਦੇ ਵਾਰਦਾਤ ਹੁੰਦੀਆਂ ਤੁਹਾਡੇ ਆਉਣ ਤੋਂ ਬਾਅਦ ਕਾਫੀ ਠੱਲ ਪਈ ਹੈ ਇਸ ਮਾਮਲੇ ਤੇ ਇਹਦੇ ਵਿੱਚ ਕੀ ਕੋਈ ਰਾਜਨੀਤਿਕ ਦਖਲਅੰਦਾਜ਼ੀ ਹੋਊਗੀ ਵੀ ਇਹ ਲੋਕ ਫਿਰ ਇਸ ਤਰ੍ਹਾਂ ਨਿਕਲ ਜਾਣਗੇ ਜਾਂ ਤੁਸੀਂ ਕੋਈ ਵਧੀਆ ਕੋਈ ਐਕਸ਼ਨ ਲਓਗੇ ਇਸ ਮਾਮਲੇ ਦੇਖੋ ਰਾਜਨੀਤਿਕ ਦਖਲਅੰਦਾਜ਼ੀ ਮੇਰੇ ਖਿਆਲ ਨਾਲ ਨਹੀਂ ਹੋਊਗੀ ਕਿਉਂਕਿ ਕੋਈ ਵੀ ਇਹੋ ਜਿਹੇ ਗਲਤ ਕੰਮਾਂ ਦੀ ਸਪੋਰਟ ਨਹੀਂ ਕਰਦਾ ਅਤੇ ਉਹ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਅਤੇ ਮੇਰੇ ਖਿਆਲ ਨਾਲ ਨਾ ਹੀ ਪਹਿਲਾਂ ਕਿਸੇ ਨੇ ਕਦੇ ਕੀਤੀ ਹੋਣੀ ਹੈ ਤੇ ਮਤਲਬ ਮੇਰੇ ਹੁੰਦੇ ਹੋਏ ਤਾਂ ਮੈਨੂੰ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਹੋਇਆ ਨਹੀਂ ਹੈਗਾ ਠੀਕ ਸਰ ਜਿਹੜੀ ਇਹ ਫੈਕਟਰੀ ਹੈ ਇਹਨਾਂ ਦੇ ਵਰਕਰ ਨੇ ਕਿ ਮਾਲਕ ਦਾ ਵਿੱਚ ਰੋਲ ਵੀ ਹੈ ਦੱਸੇਗਾ ਬਾਕੀ ਸਰ ਇਹ ਹੁਣ ਉੱਥੇ ਜਾਵਾਂਗੇ ਜੀ ਅੱਗੇ ਜਿਹੜੀ ਸਾਰੀ ਡਿਟੇਲ ਜਿਹੜੀ ਇਹ ਇਹ ਸਰ ਜੀ ਬੰਦੇ ਜਿਹੜੇ ਜਿਹਨੇ ਕਿਡਨੈਪ ਕਰੇ ਰਹੇ ਧਮੋਲੀ ਪਿੰਡ ਦੇ ਹੀ ਹੈ ਇੱਕ ਧਮੋਲੀ ਪਿੰਡ ਦਾ ਸੀਗਾ ਇਹ ਐਕਚੁਅਲੀ ਇਹਨਾਂ ਨੇ ਬੈਂਕ ਜਾਣ ਦਾ ਝਾਂਸਾ ਦੇ ਕੇ ਉੱਥੋਂ ਲੈ ਕੇ ਆਏ ਨੇ ਵੀ ਆਪਾਂ ਬੈਂਕ ਕੋਲ ਕੰਮ ਹੈਗਾ ਅਤੇ ਇਹਨੂੰ ਉਹਦਾ ਜਾਣਕਾਰੀ ਸੀਗੀ ਉਸ ਕੰਮ ਬਾਰੇ ਵੀ ਆਪਾਂ ਉਹ ਕੰਮ ਕਰਨਾ ਇਹ ਉਹਨਾਂ ਦੇ ਨਾਲ ਬੈਠ ਗਿਆ ਅਤੇ ਬਾਅਦ 'ਚ ਇਹਨੂੰ ਕਹਿੰਦੇ ਵੀ ਜੇ ਆਪਾਂ ਇੱਕ ਛੋਟਾ ਹੋਰ ਕੰਮ ਉਹ ਕਰਕੇ ਫਿਰ ਬੈਂਕ ਆਵਾਂਗੇ ਉਸ ਬਹਾਨੇ ਇਹਨੂੰ ਇੱਥੇ ਲਿਆਏ ਅਤੇ ਜਦੋਂ ਲਿਆਏ ਤਾਂ ਫਿਰ ਇਹਨਾਂ ਨੇ ਇੱਥੇ ਇਹਨੂੰ ਸਰ ਕੋਈ ਕੁੱਟਮਾਰ ਵੀ ਕੀਤੀ ਗਈ ਇਹਨੇ ਦੱਸਣ ਮੁਤਾਬਕ ਵੀ ਸ਼ਾਇਦ ਇਹਦੀਆਂ ਪਹਿਲਾਂ ਪਰਨੇ ਦੇ ਨਾਲ ਬਾਹਾਂ ਬੰਨੀਆਂ ਸੀ ਕੁਛ ਦੇਰ ਵਾਸਤੇ ਅਤੇ ਬਾਅਦ ਦੇ ਵਿੱਚ ਸ਼ਾਇਦ ਕੋਈ ਪੇਪਰ ਸਾਈਨ ਕਰਾਉਣਾ ਸੀ ਜਾਂ ਕੁਛ ਹੋਰ ਫਿਰ ਉਹ ਇਹ ਤੋਂ ਜਿਹੜੇ ਕਿਡਨੈਪ ਦੀ ਕਿੰਨੇ ਕੁ ਪੈਸੇ ਦਾ ਲੈਣ ਦੇਣ ਹੋਣਾ ਕਿ ਜਿਹਦੀ ਕਿੰਨੀ ਨੋਬਤ ਆ ਗਈ ਫਿਲਹਾਲ ਜੋ ਹੈ ਵੀ 5-6 ਲੱਖ ਦੀ ਗੱਲ ਸੁਣੀ ਹੈ ਅੱਗੇ ਬਾਕੀ ਜਿਹੜਾ ਠੀਕ ਹੈ ਸਰ ਜੀ ਕਿੰਨੇ ਕੁ ਦਾ ਲੈਣ ਦੇਣ ਸੀਗਾ ਇਹਦਾ ਬੈਂਕ ਦੁਕਾਨ ਨੇ ਲੈ ਗਏ ਜੀ
ਤੇ ਮੈਨੂੰ ਕਹਿੰਦੇ ਜੀ ਰਿੰਕੂ ਦਮੋਲੀ ਦਾ ਜੀ ਮੈਨੂੰ ਬੈਂਕ ਦੇ ਬਾਹਰ ਲੈ ਕੇ ਗਿਆ ਜੀ ਦੂਜਾ ਕੌਣ ਸੀ ਨਾਲ ਉਹ ਪਹਿਲੇ ਹੀ ਬੈਠੇ ਸੀਗੇ ਜੀ ਇੱਧਰ ਜਦੋਂ ਮੈਂ ਆਇਆ ਜੀ ਠੀਕ ਹੈ ਮੈਨੂੰ ਬੈਂਕ ਦਾ ਬਾਹਰ ਲੈ ਕੇ ਸਿੱਧਾ ਇੱਧਰ ਆਏ ਕਹਿੰਦੇ ਦੋ ਫੋਨ ਆਇਆ ਰਸਤੇ ਜਿਹਨਾਂ ਕੋਲੋਂ ਕਿ 2 ਮਿੰਟ ਕੰਮ ਹੈਗਾ ਉਹ ਰਿਹਾ ਤੇ ਮੈਂ ਕਿਹਾ ਮੈਨੂੰ ਉਤਾਰ ਦਿਓ ਕੋਈ ਨਹੀਂ ਤੁਸੀਂ ਹੋ ਕਹਿੰਦੇ ਨਹੀਂ 2 ਮਿੰਟ ਦਾ ਕੰਮ ਹੈ ਮੈਨੂੰ ਇੱਥੇ ਲੈ ਗਏ ਜੀ ਪਹਿਲੇ ਹੀ ਉਰੇ ਬੈਠੇ ਸੀ ਮੈਨੂੰ ਆ ਕੇ ਬੰਨ ਕੇ ਬਿਠਾ ਦਿਆ ਜੀ ਇਹਨਾਂ ਨੇ ਪਰਦੇ ਨਾਲ ਤੇ ਜੀ ਫਿਰ ਮੈਨੂੰ ਕਹਿੰਦੇ ਕਿ ਪਹਿਲੇ ਗੱਡੀ ਦਾ ਸੌਦਾ ਕਰਾ ਜੀ ਪੈਸਾ ਤਾਂ ਮੈਂ ਲੈਂਦੇ ਸੀਗਾ ਜੀ ਕਹਿੰਦੇ ਗੱਡੀ ਕੀ ਲੈਣ ਦੇਣ ਸੀ ਤੁਹਾਡਾ ਕਿਸ ਤਰ੍ਹਾਂ ਦਾ ਲੈਣ ਦੇਣ ਸੀ ਮੈਂ ਪੈਸੇ ਦੇਣੇ ਸੀ ਕਿੰਨੇ 6 ਲੱਖ ਰੁਪਏ ਜੀ ਕਿੰਨੇ ਕੁ ਬੰਦੇ ਸੀ ਜਦ ਤੁਹਾਨੂੰ ਇੱਥੇ ਲੈ ਕੇ ਆਏ 4 ਬੰਦੇ ਸੀਗੇ ਜੀ ਕਿਹੜੇ ਕਿਹੜੇ ਨਾਮ ਦੇ ਨੇ ਇੱਕ ਜੀ ਰਿੰਕੂ ਸੀਗਾ ਜੀ ਇੱਕ ਪੰਕਜ ਸੀਗਾ ਜੀ ਤੁਹਾਡੇ ਨਾਲ ਪੰਚ ਸੀਗਾ ਜੀ ਕੋਈ ਕੌਣ ਸਰਪੰਚ ਆ ਕੀ ਨਾਮ ਹੈ ਸਰਪੰਚ ਦਾ ਨਾਮ ਨਹੀਂ ਪਤਾ ਜੀ ਮੈਨੂੰ ਸਰਪੰਚ ਆਇਆ ਜੀ ਕਿਹੜੇ ਮੋਲੀ ਦਾ ਸਰਪੰਚ ਆ ਜੀ ਅੱਛਾ ਤੁਹਾਡੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਪਛਾਣ ਹੈ ਤੁਹਾਨੂੰ ਹੋਰ ਤੇ ਜੀ ਫਿਰ ਮੈਨੂੰ ਜਿਹੜਾ ਰਿੰਕੂ ਸੀਗਾ ਉਹ ਮੈਨੂੰ ਕਹਿੰਦਾ ਆਉਣ ਵਾਲੇ ਐਮਐਲਏ ਜੀ ਸਰਪੰਚ ਜਿਹੜਾ ਆਉਣ ਵਾਲੇ ਐਮਐਲਏ ਜੀ ਮੈਂ ਕਿਹਾ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਜੀ ਤੇ ਫਿਰ ਜੀ ਮੈਨੂੰ ਇਹਨੇ ਕੁੱਟਮਾਰ ਕਰੀ ਪਹਿਲਾਂ ਤਾਂ ਮੈਂ ਮੰਨਿਆ ਨਹੀਂ ਜੀ ਗੱਡੀ ਦਾ ਕਹਿੰਦੇ ਸੌਦਾ ਕਰਾਂ ਮੈਂ ਮੰਨਿਆ ਨਹੀਂ ਜੀ ਪਰ ਜਦੋਂ ਮੈਂ ਮੰਨ ਗਿਆ ਜੀ ਫਿਰ ਇਹਨਾਂ ਨੇ ਮੈਨੂੰ ਫੋਨ ਵੀ ਦਿੱਤਾ ਜੀ ਹੱਥ ਹੁੱਥ ਖੋਲ ਕੇ ਫਿਰ ਜੀ ਮੇਰੇ ਕੋਲੋਂ ਸਾਨਾ ਸਿਟੀ ਤੋਂ ਫੋਨ ਆ ਰਿਹਾ ਸੀ ਜੀ ਮੈਂ ਤਾਂ ਚੱਕੇ ਨਹੀਂ ਮੇਰਾ ਅਨਨੋਨ ਨੰਬਰ ਸੀਗਾ ਜੀ ਫਿਰ ਜੀ ਮੈਨੂੰ ਜਦੋਂ ਫੋਨ ਦਿੱਤਾ ਮੈਂ ਸਾਈਡ 'ਤੇ ਜਾ ਕੇ 2 ਮਿੰਟ ਗੱਲ ਕਰੀ ਬਸ ਮੈਂ ਜਗ੍ਹਾ ਦੱਸਤੀ ਜੀ ਮੈਂ ਫਲਾਣੀ ਜਗ੍ਹਾ 'ਤੇ ਆ ਜੀ ਕਿ ਮੈਨੂੰ ਛੁਟਾ ਲਓ ਜੀ ਜਿਹੜੇ ਆਉਣ ਵਾਲੇ ਐਮਐਲਏ ਸਾਹਿਬ ਕਹਿੰਦੇ ਸੀ ਉਹ ਕੀ ਤੁਹਾਨੂੰ ਕੀ ਕਹਿੰਦੇ ਸੀ ਉਹ ਆਉਣ ਵਾਲੇ ਐਮਐਲਏ ਸਾਹਿਬ ਰਿੰਕੂ ਨਾਮ ਹੈ ਜੀ ਉਹਦਾ ਜਿਹੜਾ ਮੈਨੂੰ ਲੈ ਕੇ ਆਇਆ ਸੀ ਉਰੇ ਜੀ ਕਿ 2 ਮਿੰਟ ਦਾ ਕੰਮ ਹੈ ਜੀ ਚੱਲ ਬੈਂਕ ਦਾ ਨਾਮ ਪਹਿਲੇ ਮੈਨੂੰ ਕਹਿ ਕੇ ਫਿਰ ਉਰੇ ਲਿਆ ਜੀ ਉਹ ਕਹਿ ਰਹੇ ਸੀ ਆਉਣ ਵਾਲੇ ਐਮਐਲਏ ਆ ਜੀ ਤੇ ਬਾਕੀ ਜਿਹੜੇ ਸਰਪੰਚ ਜਿਹੜੇ ਕਹਿ ਰਹੇ ਜੀ ਉਹ ਵੀ ਮੈਨੂੰ ਧਮਕੀ ਦੇ ਰਹੇ ਸੀਗੇ ਵਾਰ ਵਾਰ ਜੀ ਕਿ ਜਾਂ ਗੱਡੀ ਨਾਮ ਕਰਾ ਦੇ ਜਾਂ ਮਕਾਨ ਕਰਾ ਦੇ ਸਾਡੇ ਨਾਮ ਕਿ ਪੈਸੇ ਤੁਹਾਨੂੰ ਦੇਣੇ ਪੈਣੇ ਨਹੀਂ ਤਾਂ ਤੁਹਾਨੂੰ ਛੁਟਾਂਗੇ ਨਹੀਂ ਅਸੀਂ ਅੱਜ ਤੂੰ ਕਾਹਦੇ ਪੈਸੇ ਦੇਣੇ ਸੀਗੇ ਇਹਨਾਂ ਦੇ 6 ਲੱਖ ਰੁਪਏ ਦੇਣੇ ਕੀ ਖਰੀਦਿਆ ਸੀਗਾ ਜਿਹਨਾਂ ਦੇ ਦੇਣੇ ਸੀਗੇ ਕੀ ਚੀਜ਼ ਦੇ ਵਿਆਜੀ ਲਈ ਸੀ ਕਿਸ ਤਰ੍ਹਾਂ ਤੇ ਪਹਿਲਾਂ ਵੀ ਟੋਰਚਰ ਕੀਤਾ ਕਦੇ ਇਹਨਾਂ ਨੇ ਤੁਸੀਂ ਹੁਣ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ ਤੁਸੀਂ ਤੁਹਾਡੀ ਜਾਨ ਬਚ ਗਈ ਤਾਂ ਕੀ ਚਾਹੁੰਦੇ ਹੋ ਤੁਸੀਂ ਵੀ ਕੀ ਹੋਣਾ ਚਾਹੀਦਾ ਇਸ ਮਾਮਲੇ 'ਚ ਬਸ ਜੋ ਵੀ ਕਾਰਵਾਈ ਹੋਣੀ ਚਾਹੀਦੀ ਜੀ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਕਿੰਨੇ ਵਜੇ ਚੱਕਿਆ ਸੀ ਮੈਨੂੰ 4 ਵਜੇ ਚੱਕਿਆ ਜੀ ਅੱਛਾ ਕਿੰਨੀ ਦੇਰ ਦੇ ਵਿੱਚ ਕਿੰਨੀ ਦੇਰ ਦੇ ਪੁਲਿਸ ਪਹੁੰਚ ਗਈ ਤੁਹਾਡੇ ਕੋਲੇ ਜਿਸ ਟਾਈਮ ਮੈਂ ਫੋਨ ਕਰਿਆ ਜੀ 10 ਮਿੰਟ ਬਾਅਦ ਪੁਲਿਸ ਆ ਗਈ ਸੀ ਤੁਸੀਂ ਉਹਨਾਂ ਉਹ ਜਿਹੜੇ ਐਮਐਲਏ ਸਾਹਿਬ ਨਵੇਂ ਕਹਿੰਦੇ ਵੀ ਆਉਣ ਵਾਲੇ ਐਮਐਲਏ ਨੇ ਉਹਦਾ ਨਾਮ ਨਸ਼ਰ ਕਰ ਸਕਦੇ ਹੋ ਉਹਨਾਂ ਦਾ ਨਾਮ ਕੀ ਹੈਗਾ ਸੀਗਾ ਮੇਰੇ ਗੁਰਮੀਤ ਪਤਾ ਨਹੀਂ ਐਵੇਂ ਗੁਰਪ੍ਰੀਤ ਐਵੇਂ ਕੀ ਨਾਮ ਹੈਗਾ ਜੀ ਉਹਨਾਂ ਦਾ ਪਹਿਲਾਂ ਕਿਹਦੇ ਸਰਪੰਚ ਹੈ ਜੀ ਪਹਿਲਾਂ ਕਦੀ ਮੁਲਾਕਾਤ ਹੋਈ ਇਹਨਾਂ ਨਾਲ ਨਹੀਂ ਮੇਰੀ ਨਹੀਂ ਜੀ ਠੀਕ ਮੈਂ ਤਾਂ ਇਹਨਾਂ ਨੂੰ ਜਾਣਦਾ ਚਲ ਬਸ ਠੀਕ ਹੈ